ਆਵੇਂ ਪਹੁੰਚ ਗਿਆ ਬਾਰਡਰ ਦੇ, ਹੋ ਰਿਹਾ ਸਾਹਮਣੇ ਬਾਰਡਰ, ਬਾਰਡਰ ਤੋਂ ਪਹਿਲੇ ਆ ਡਿਊਟੀ ਫਰੀ। ਸੋਚ ਰਿਹਾ ਡਿਊਟੀ ਫਰੀ ਜਾਵਾਂ, ਪਰਫਿਊਮ ਵਗੈਰਾ ਖਤਮ ਹੋਈ ਦੀ ਆ, ਇੱਥੋਂ ਦੇਖ ਲਾਂਗੇ ਅਗਰ ਕੋਈ ਵਧੀਆ ਹੀ ਲੱਭੀ ਤਾਂ ਚੱਕ ਲਾਂਗੇ। ਆ ਰਿਹਾ ਸਾਹਮਣੇ ਟਰੱਕ ਵਾਲਾ ਵੀ ਡਿਊਟੀ ਫਰੀ 'ਤੇ ਹੀ ਜਾ ਰਿਹਾ। ਖੁੱਲ੍ਹੀ ਹੋਣੀ ਚਾਹੀਦੀ ਹੈ ਬਸ, ਕਿਉਂਕਿ 5 ਵਜੇ ਕਈ ਵਾਰ ਜਲਦੀ ਬੰਦ ਹੋ ਜਾਂਦੀ ਆ। ਮੈਂ ਆ ਕੇ ਰੁਕਿਆ ਸੀ ਡਿਊਟੀ ਫਰੀ ਦੇ ਨਾਲ ਹੀ, ਆਪਣੀ ਕੰਪਨੀ ਦਾ ਇੱਕੋ ਟਰੱਕ ਲੱਗਿਆ ਹੋਇਆ। ਆਹ ਮੁੰਡੇ ਗਏ ਸੀ ਦਾਰੂ ਦੀ ਬੋਤਲਾਂ ਚੱਕ ਲਿਆਏ, ਇੱਥੋਂ ਅਸੀਂ ਦਾਰੂ ਲੈ ਕੇ ਜਾ ਸਕਦੇ ਹਾਂ ਕੈਨੇਡਾ ਦੇ ਵਿੱਚ। ਬਸ ਬਾਰਡਰ 'ਤੇ ਜਾ ਕੇ ਉਹਨਾਂ ਨੂੰ ਅਸੀਂ ਕਹਿ ਦੇਣਾ ਕਿ ਅਸੀਂ ਇੱਥੋਂ ਉਹ ਚੱਕੀ, ਦਾਰੂ ਚੱਕੀ ਆ ਡਿਊਟੀ ਫਰੀ ਤੋਂ। ਅਤੇ ਮੈਂ ਆਇਆ ਡਿਊਟੀ ਫਰੀ ਦੇ ਅੰਦਰ, ਇੱਥੇ ਵਿਕਦੀ ਦਾਰੂ ਵਗੈਰਾ। ਅਸੀਂ ਲੈ ਲਈਏ ਇੱਕ ਪਰਫਿਊਮ, ਆਹ ਲੈ ਕੇ ਜਾ ਰਹੇ ਹਾਂ ਹੁਣ ਫੜਾ ਆਪਣਾ ਟਰੱਕ। ਨਾਲ ਹੀ ਬਾਰਡਰ, ਬਾਰਡਰ ਕ੍ਰੋਸ ਕਰਕੇ ਅਸੀਂ ਕੈਨੇਡਾ 'ਚ ਐਂਟਰ ਹੋ ਜਾਣਾ। ਜੀ ਹੀ ਬਾਰਡਰ ਕ੍ਰੋਸ ਕੀਤਾ, ਮੈਂ ਕ੍ਰੋਸ ਕੇ ਕੀਤਾ ਬਾਰਡਰ 'ਤੇ ਪਹੁੰਚਿਆ, ਇਹਨਾਂ ਨੇ ਮੈਨੂੰ ਰੋਕ ਲਿਆ, ਫਿਰ ਮੈਨੂੰ ਅੰਦਰ ਭੇਜਤਾ ਨਹੀਂ, ਫਿਰ ਡਾਕੂਮੈਂਟ ਵਗੈਰਾ ਚੈੱਕ ਹੋਏ, ਫਿਰ ਸਟੈਂਪ ਲਗਾ ਕੇ ਮੈਨੂੰ ਕਲੀਅਰ ਕਰਕੇ ਭੇਜਿਆ ਨਹੀਂ। ਆਹ ਲਗਾਇਆ ਹੋਇਆ ਆਪਣਾ ਟਰੱਕ, ਅਤੇ ਮੈਂ ਕਿਹਾ ਮੈਨੂੰ ਹਰ ਵਾਰ ਅੰਦਰ ਕਿਉਂ ਭੇਜਦੇ ਹੋ? ਕਹਿੰਦੇ ਤੇਰੀ ਇਨਫੋਰਮੇਸ਼ਨ ਕਿਸੇ ਦਾ ਨਾਲ ਮੈਚ ਕਰਦੀ ਆ, ਉਹਦੇ ਉੱਪਰ ਕੋਈ ਕੇਸ ਵਗੈਰਾ ਤਾਂ ਕਰਕੇ ਮੇਰਾ ਨਾਮ ਅਤੇ ਮੇਰੀ DOB ਉਹਦੇ ਨਾਲ ਮੈਚ ਹੈ ਇੱਕਦਮ। ਫਿਰ ਅੱਜ ਫਿੰਗਰਪ੍ਰਿੰਟ ਵਗੈਰਾ ਵੀ ਹੋਏ ਮੇਰੇ, ਉਹ ਕਰਵਾ ਕੇ ਆਇਆ ਮੈਂ। ਹੁਣ ਬਸ ਨਿਕਲਣ ਲੱਗੇ ਹਾਂ 2 ਘੰਟੇ ਡਰਾਈਵ ਕਰਕੇ, ਫਿਰ ਰੁਕ ਜਾਣਾ ਰਾਤੀ, ਉੱਥੇ ਸਲੀਪ ਪਾਣੀ ਅਤੇ ਕੱਲ੍ਹ ਸਵੇਰੇ ਵਾਪਸ ਨਿਕਲ ਜਾਵਾਂਗੇ। ਅੱਜ ਸਵੇਰੇ ਸਵੇਰੇ ਨਿਕਲ ਗਿਆ, 4 ਵਜੇ ਨਿਕਲਿਆ ਸਾਂ, ਹੁਣ ਹੋ ਗਏ 4:30 ਹੋ ਗਏ, ਅਤੇ ਇੱਥੋਂ ਰਹਿ ਗਿਆ ਮੇਰਾ 775 ਕਿਲੋਮੀਟਰ। 775 ਕਿਲੋਮੀਟਰ 'ਤੇ ਮੇਰਾ ਯਾਰਡ ਹੈ, ਯਾਰਡ ਹੀ ਟਰੱਕ ਲਗਾਉਣਾ ਅਤੇ ਉਹਦੇ ਬਾਅਦ ਘਰ ਚਲ ਜਾਵਾਂਗਾ, ਕਿਉਂਕਿ ਆਹ ਮੈਂ ਪਹੁੰਚ ਰਿਹਾ ਸੀ ਸੈਟਰਡੇ, ਅਤੇ ਸੈਟਰਡੇ ਸੰਡੇ ਐਂਡ 1 ਨੂੰ ਛੁੱਟੀ ਸੀ। ਡਿਲੀਵਰੀ ਲੋਕੇਸ਼ਨ ਜਿਨ੍ਹਾਂ ਨੇ ਡਿਲੀਵਰੀ ਲੈਣੀ ਸੀ ਉਹ ਬੰਦ ਸੀ ਲੋਕੇਸ਼ਨ, ਫਿਰ ਮੈਨੂੰ ਕੰਪਨੀ ਵਾਲੇ ਨੇ ਕਿਹਾ ਕਿ ਤੂੰ ਘਰ ਹੀ ਆ ਜਾ, ਜਾਂ ਇਹ ਲੋਡ BC ਦਾ ਸੀ। ਹੁਣ ਮੈਂ 2 ਦਿਨ ਦੇ ਬਾਅਦ ਨਿਕਲਾਂਗਾ ਘਰੋਂ, ਫਿਰ ਜਾਵਾਂਗਾ ਇਹ ਲੋਡ ਡਿਲੀਵਰ ਕਰ ਦਿੰਦੇ। ਜਾਂਦੇ ਜਾਂਦੇ ਰਸਤੇ ਸਾਨੂੰ ਟਿਮ ਦਿਖਿਆ ਇੱਕ ਹਾਈਵੇ ਤੋਂ ਥੋੜ੍ਹਾ ਬਾਹਰ ਵੱਲ ਜਾ ਕੇ, ਮੈਂ ਕਿਹਾ ਚਲੋ ਇੱਥੋਂ ਕਾਫੀ ਚੱਕ ਲੈਂਦੇ ਹਾਂ। ਕਾਫੀ ਲੈ ਗਏ ਅਸੀਂ, ਪਹੁੰਚ ਲੱਗੇ ਆਪਣੇ ਟਰੱਕ ਦੇ ਕੋਲ, ਬਸ ਹੁਣ ਇੱਥੋਂ ਖਾ ਕੇ ਅਤੇ ਨਿਕਲ ਜਾਣਾ। 4 ਘੰਟੇ ਡਰਾਈਵ ਰਹਿ ਗਈ ਆ, ਫਿਰ ਪਹੁੰਚ ਜਾਵਾਂਗਾ ਮੈਂ ਐਡਮਿੰਟਨ, ਯਾਰਡ ਹੀ ਟਰੱਕ ਲਗਾ ਕੇ ਘਰ ਚਲ ਜਾਣਾ ਅੱਜ। ਫਿਰ ਟਰੱਕ ਹੀ 'ਚ ਆ ਗਿਆ ਸੀ, ਗਾਣੇ ਸੁਣਦੇ ਸੁਣਦੇ ਨਾਲ ਕਾਫੀ, ਅਤੇ ਘਰ ਜਾਂਦੇ ਹਾਂ ਅਸੀਂ, ਚਲ ਜਾਣਾ ਮੂਵੀ ਦੇਖਣ ਦੇ ਲਈ। ਮੂਵੀ ਆਈ ਹੋਈ ਆ ਦਿਲਜੀਤ ਦੀ, ਉਹ ਦੇਖਣ ਜਾਣਾ ਕਿਉਂਕਿ ਮੈਂ 2 ਦਿਨ ਦੇ ਲਈ ਘਰ। ਮੈਂ ਪਹੁੰਚ ਗਿਆ ਆਪਣੇ ਦੋਸਤਾਂ ਦੇ ਨਾਲ ਐਡਮਿੰਟਨ ਸਿਟੀ ਸੈਂਟਰ ਮੂਵੀ ਦੇਖਣ ਦੇ ਲਈ, ਬਸ ਹੁਣ ਅਸੀਂ ਦੇਖਣੀ ਆ ਮੂਵੀ। ਇਹ ਮੈਂ ਆਇਆ ਸੀ ਸਵੇਰੇ ਸਵੇਰੇ ਯਾਰਡ, ਨਿਕਲਣ ਲੱਗਾ ਸੀ ਅਤੇ ਦੇਖਿਆ ਮੇਰੇ ਟ੍ਰੇਲਰ ਦਾ ਪਿਛਲਾ ਟਾਇਰ ਹੀ ਫਟ ਗਿਆ ਹੋਇਆ, ਫਿਰ ਹੁਣ ਵੇਟ ਕਰ ਰਿਹਾ ਟਾਇਰ ਪਵਾ ਕੇ ਇੱਥੋਂ ਨਿਕਲਣਾ। ਉਸ ਸਾਈਡ ਦਾ ਟਾਇਰ ਫਟਿਆ ਹੋਇਆ ਦਿਖਾਉਂਦਾ ਮੈਂ ਤੁਹਾਨੂੰ ਹੁਣੇ, ਦੇਖੋ ਯਾਰਡ 'ਤੇ ਟਾਈਮ ਲੱਗਣਾ ਸੀ, ਟਾਇਰ ਵਗੈਰਾ ਚੇਂਜ ਹੁੰਦੇ ਆ। ਮੈਂ ਆਪਣੀ ਫਰੈਂਡ ਦੀ ਗੱਡੀ ਲੈ ਕੇ ਘਰ ਆ ਗਿਆ, 2-3 ਘੰਟੇ ਹੁਣ ਘਰ ਹੀ ਰਹਾਂਗਾ, ਉਹਦੇ ਬਾਅਦ ਵਾਪਸ ਨਿਕਲਾਂਗਾ।
ਮੈਂ ਨਿਕਲ ਗਿਆ ਸੀ ਟਰੱਕ ਦੇ ਟਾਇਰ ਵਗੈਰਾ ਪਵਾ ਕੇ ਕੈਲਗਰੀ ਕੋਲ ਪਹੁੰਚਣ ਲੱਗਾ। ਇੱਧਰ ਕੈਨੇਡਾ ਡੇ ਸੈਲੀਬ੍ਰੇਟ ਕਰ ਰਹੇ ਨਾ, ਅੱਜ ਕੈਨੇਡਾ ਡੇ ਆ, ਇੱਥੇ ਪੁਲਿਸ ਲੱਗੀ ਹੋਈ ਆ, ਸਾਰੀ ਗੱਡੀਆਂ ਚੈੱਕ ਕਰਕੇ ਭੇਜੀ ਕਰਦੀ ਆ, ਪਤਾ ਨਹੀਂ ਕੀ ਚੱਕਰ ਹੋਇਆ ਕਰ ਰਹੇ ਆ, ਐਕਸੀਡੈਂਟ ਹੋਇਆ ਆ, ਐ ਲੱਗੀ ਹੋਈ ਆ ਗੱਡੀ। ਇੱਕ ਪਿੱਛੇ ਪਿੱਕਾ ਖੜਾ ਸੀ, ਉਹਨੇ ਆ ਕੇ ਇਹਨੂੰ ਪਿੱਛੋਂ ਹੀਟ ਕੀਤਾ। ਬਸ ਕ੍ਰੋਸ ਕਰ ਲਿਆ, ਟ੍ਰੈਫਿਕ ਲੱਗੇ ਹੋਏ ਸੀ ਥੋੜ੍ਹਾ ਜਿਹਾ, ਹੁਣ ਜਾ ਰਹੇ ਤੂੰ 782 ਕਿਲੋਮੀਟਰਸ ਰਹਿ ਗਿਆ, ਫਿਰ ਰਾਤੀ ਮੈਂ ਪਹੁੰਚ ਜਾਵਾਂਗਾ BC ਕੈਲੋਨਾ, ਕੱਲ੍ਹ ਮੋਰਨਿੰਗ ਡਿਲੀਵਰੀ ਹੈ ਮੇਰੀ, ਡਿਲੀਵਰੀ ਕਰਕੇ ਦੇਖਦੇ ਅੱਗੇ ਕਿੱਧਰ ਦਾ ਲੋਡ ਮਿਲਦਾ। ਇੱਥੇ ਬ੍ਰੇਕ ਚੈੱਕ ਦੇ ਲਈ, ਕਿਉਂਕਿ ਇੱਥੇ ਡਾਊਨ ਹਿੱਲ ਹੈ, ਬ੍ਰੇਕ ਵਗੈਰਾ ਸਾਨੂੰ ਚੈੱਕ ਕਰਨੀ ਪੈਂਦੀ ਆ, ਇਹੀਓ ਚੈੱਕ ਕਰਨਾ ਹੁੰਦਾ ਕਿ ਟਾਇਰਾਂ ਵਗੈਰਾ 'ਚ ਜ਼ਿਆਦਾ ਸਮੈਲ ਵਗੈਰਾ ਤਾਂ ਨਹੀਂ ਆ ਰਹੀ ਬ੍ਰੇਕ ਵਗੈਰਾ ਦੀ। ਇੱਥੇ ਰੁਕਿਆ ਸੀ ਅਤੇ ਇੱਥੇ ਸਾਈਡ 'ਤੇ ਇੱਕ ਵਾਟਰਫਾਲ ਨਿਕਲਿਆ, ਝਰਨਾ, ਆਹ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ। ਕਿੰਨਾ ਘੈਂਟ ਵਿਊ ਆ, ਬ੍ਰੇਕ ਚੈੱਕ ਤੋਂ ਬਾਹਰ ਨਿਕਲਦੇ ਹੀ ਕਿੰਨਾ ਵਧੀਆ ਵਿਊ ਆਇਆ, ਲੇਕ ਹੈ ਕੋਈ, ਗ੍ਰੀਨ ਹੈ ਪੂਰੀ ਇੱਕਦਮ, ਪਿੱਛੇ ਪਹਾੜ ਹਨ, ਉੱਪਰ ਪਹਾੜਾਂ 'ਚ ਹਜੇ ਵੀ ਥੋੜ੍ਹੀ ਥੋੜ੍ਹੀ ਸਨੋਅ ਹੈ। ਅੱਗੇ ਇੱਕ ਹੋਰ ਬ੍ਰੇਕ ਚੈੱਕ ਆਇਆ ਸੀ, ਰੁਕੇ ਥੱਲੇ ਆ ਕੇ ਦੇਖ ਰਿਹਾ ਸਾਂ, ਦੇਖਿਆ ਪੂਰਾ ਸਮੋਕ ਹੀ ਸਮੋਕ ਹੋਈ ਦੀ ਆ, ਰਿਮ ਪੂਰਾ ਗਰਮ ਹੋਏ ਦਾ। ਹੁਣ ਇੱਥੇ ਹੀ ਵੇਟ ਕਰਾਂਗਾ ਘੰਟੇ, ਜਿਲੇ ਠੰਡੀ ਹੋਏਗੀ ਫਿਰ ਜਾਵਾਂਗਾ। ਇੱਥੇ ਲਗਾਇਆ ਟਰੱਕ, ਹੁਣ ਥੋੜ੍ਹਾ ਠੀਕ ਹੋ ਗਿਆ, ਜਿਹੜਾ ਧੂੰਆਂ ਵਗੈਰਾ ਨਿਕਲ ਰਹੀ ਸੀ ਬੰਦ ਹੋ ਗਿਆ। ਇੱਧਰ ਵੀ ਸਾਨੂੰ ਇੱਕ ਵਾਟਰਫਾਲ ਦਿਖਿਆ ਛੋਟਾ ਜਿਹਾ, ਐਸੀ ਲੋਕੇਸ਼ਨ ਹੈ ਜੀ। ਰਾਤੀ ਮੈਂ ਇੱਥੇ ਰੈਸਟ ਏਰੀਆ 'ਤੇ ਆਇਆ ਸੀ, ਅਤੇ ਜਿਵੇਂ ਮੈਂ ਇੱਥੇ ਪਹੁੰਚਿਆ ਇੱਥੇ ਆ ਕੇ ਦੇਖਿਆ ਇੱਥੇ ਓਨਲੀ ਬੱਸ ਲੇਨ ਹੀ ਹੈ, ਟਰੱਕ ਦੀ ਪਾਰਕਿੰਗ ਵਗੈਰਾ ਨਹੀਂ ਹੈ। ਮੇਰੇ ਅਗਲੀ ਸਾਈਡ ਇੱਕ ਬੱਸ ਲੱਗੀ ਹੋਈ ਆ, ਉਹਦੇ ਅੱਗੇ ਦੋ ਟਰੱਕ ਲੱਗੇ ਹੋਏ ਸੀ, ਫਿਰ ਮੈਂ ਆ ਕੇ ਆਪਣਾ ਟਰੱਕ ਮੈਂ ਬੱਸ ਲੇਨ 'ਤੇ ਹੀ ਲਗਾ ਦਿੱਤਾ। ਆਹ ਦੇਖੋ ਬੱਸ ਹੁਣ ਨਿਕਲ ਲਗਾ ਇੱਥੋਂ, ਬਾਹਰ ਦਾ ਵਿਊ ਬਹੁਤ ਹੀ ਘੈਂਟ ਆ, ਸਵੇਰੇ ਸਵੇਰੇ ਬਾਰਿਸ਼ ਵੀ ਲੱਗੀ ਹੋਈ ਆ, ਉਹ ਪਹਾੜਾਂ ਦੇ ਉੱਪਰ ਥੋੜ੍ਹੀ ਥੋੜ੍ਹੀ ਫੋਗ ਵੀ ਪਈ ਹੋਈ ਆ। ਆਹ ਲੱਗਿਆ ਹੋਇਆ ਸੀ ਇੱਕ ਟਰੱਕ, ਮੈਂ ਆਪਣਾ ਟਰੱਕ ਇੱਥੇ ਲਗਾ ਤਾ ਆ ਕੇ। ਫਿਰ ਮੈਂ ਪਹਿਲੀ ਵਾਰ ਆਇਆ, ਬਹੁਤ ਹੀ ਵਧੀਆ ਵਿਊ ਆ, ਆਹ ਰੋਡ, ਆਹ ਸਾਈਡ 'ਤੇ ਲੇਕ ਹੈ, ਵਿੱਚ ਛੋਟੇ ਛੋਟੇ ਬੋਟ ਚੱਲ ਰਹੇ ਨੇ, ਸਪੀਡ ਬਹੁਤ ਘੱਟ ਹੈ, ਪਰ ਆਹ ਦੇਖੋ 60 miles ਦੀ ਆ ਗਈ, 60-70, ਲਾਸਟ ਸਪੀਡ 80 ਦੀ ਆ, ਮਾਈਲ ਨਹੀਂ 80 km/h। ਕੋਈ ਟਰੱਕ ਸਟਾਪ ਮਿਲਿਆ ਉੱਥੇ ਰੁਕ ਕੇ ਫਿਰ ਪ੍ਰੋਪਰ ਵੀਡੀਓ ਬਣਾਵਾਂਗਾ ਮੈਂ। ਇਹ ਲੋਡ ਦੀ ਡਿਲੀਵਰੀ ਐਗਜੈਕਟ ਡਾਊਨ ਟਾਊਨ ਦੇ ਵਿੱਚ ਹੀ ਹੈ, ਇਹ ਸਾਰਾ ਨੋ ਟਰੱਕ ਰੂਟ ਹੈ, ਬਟ ਮੈਂ ਡਿਲੀਵਰੀ ਕਰਨ ਲਈ ਜਾ ਰਿਹਾ। ਇਵੇਂ ਪਹੁੰਚ ਗਿਆ ਡਿਲੀਵਰੀ ਲੋਕੇਸ਼ਨ 'ਤੇ, ਆਹ ਗੇਟ ਤੋਂ ਐਂਟਰ ਹੋਇਆ, ਬੰਦਾ ਆਇਆ ਸੀ ਲੈਣ ਦੇ ਲਈ, ਉਹਨੇ ਅੱਗੇ ਆਏਗਾ ਅਤੇ ਮੈਨੂੰ ਦੱਸੇਗਾ ਕਿਹੜੀ ਸਾਈਡ ਜਾਣਾ, ਉਹ ਆ ਰਿਹਾ। ਟਰੱਕ ਦੀ ਸਟੈਪਸ ਵਗੈਰਾ ਖੋਲ੍ਹ ਕੇ ਟਾਰਪ ਵਗੈਰਾ ਠੱਪ ਕੇ ਰੱਖ ਦਿੱਤੀ ਆ, ਅਤੇ ਆਹ ਬੰਦਾ ਅਨਲੋਡ ਕਰ ਰਿਹਾ, ਹੋਰ 5 ਮਿੰਟਾਂ ਤੱਕ ਟਰੱਕ ਅਨਲੋਡ ਹੋ ਜਾਏਗਾ, ਫਿਰ ਇੱਥੋਂ ਨਿਕਲ ਜਾਣਾ। ਅਤੇ ਅੱਜ ਦਾ ਵਲੋਗ ਇੱਥੇ ਐਂਡ ਕਰਦੇ ਹਾਂ, ਮਿਲਾਂਗੇ ਹੁਣ ਤੁਹਾਨੂੰ ਅਗਲੇ ਵਲੋਗ ਦੇ ਵਿੱਚ।